ਚੰਦ ਗਾਂਧੀ ਜੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਦੇਸ਼ ਦੇ ਉਸ ਵਕਤ ਦੇ ਨੌਜਵਾਨ ਵਰਗ ਤੋਂ ਲੈ ਕੇ ਹਰ ਵਰਗ ਨੂੰ ਸੁਚੇਤ ਕਰਦੇ ਹੋਏ ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਪਾਇਆ ਔਰ ਇੱਕ ਸੁਪਨਾ ਸੀ ਮਹਾਤਮਾ ਗਾਂਧੀ ਜੀ ਦਾ ਸਵੱਛ ਭਾਰਤ ਅਭਿਆਨ ਦਾ, ਲੇਕਿਨ ਉਹਨਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ 70 ਸਾਲ ਤੱਕ ਇਸ ਦਾ ਕਿਸੇ ਨੇ ਕੋਈ ਨੋਟਿਸ ਨਹੀਂ ਲਿਆ, ਕਦੇ ਕਿਸੇ ਨੇ ਇਹਦੇ ਬਾਰੇ ਕੁਝ ਸੋਚਿਆ ਨਹੀਂ। ਉਸ ਤੋਂ ਬਾਅਦ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਤੋਂ 10 ਸਾਲ ਪਹਿਲਾਂ ਸਵੱਛ ਭਾਰਤ ਅਭਿਆਨ ਦੀ ਗਾਂਧੀ ਜੀ ਦੇ ਜਨਮ ਦਿਹਾੜੇ ਦੇ ਉੱਤੇ ਸ਼ੁਰੂਆਤ ਕੀਤੀ ਔਰ ਅੱਜ ਉਹਦਾ 10 ਸਾਲ ਪੂਰੇ ਹੋ ਗਏ ਨੇ। ਇਹ ਦੇਸ਼ ਨੂੰ ਜਾਗਰੂਕ ਕਰਨ ਲਈ, ਮਹਾਤਮਾ ਗਾਂਧੀ ਜੀ ਨੂੰ ਇੱਕ ਸ਼ਰਧਾ ਸੁਮਨ ਭੇਟ ਕਰਨ ਦੇ ਲਈ ਬਹੁਤ ਵੱਡਾ ਉਪਰਾਲਾ। ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਇਸ ਗੱਲ ਲਈ ਬੇਨਤੀ ਕਰਦੇ ਹਾਂ, ਆਓ ਆਪਣੇ ਦੇਸ਼ ਨੂੰ, ਆਪਣੇ ਇਲਾਕੇ ਨੂੰ, ਆਪਣੇ ਮਹੱਲੇ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਯੋਗਦਾਨ ਪਾਈਏ। ਸਵੱਛਤਾ ਹੀ ਸਾਡਾ ਜੀਵਨ ਹੈ।